बेहद ही दर्दनाक खबर सामने आई है, जहां पर स्कूल बस हादसे का शिकार हो गई है। बता दें आपको, जाखल बरेटा रोड से मामला सामने आया, जहां पर पुल के नजदीक एक कार ने बच्चों से भरी स्कूल वैन को टक्कर मार दी। इससे करीब एक दर्जन बच्चे, ड्राइवर और स्कूल की एक महिला कर्मचारी गंभीर रूप से घायल हो गए, जिन्हें तुरंत सरकारी अस्पताल में दाखिल करवाया गया है। बता दें DSP बुढ़लाडा गमदूर सिंह चौहान और SHO सिटी सुखजीत सिंह मौके पर पहुंचे और घायलों से बातचीत करते हुए डॉक्टरों को इलाज में कोई कमी ना रखने की हिदायत दी गई है। आपको बता दें, तस्वीरें आप देख सकते हैं किस तरह से स्कूल वैन के साथ जो है वो कार की टक्कर हुई है। स्कूल के एक वैन जो है वो बच्चों को स्कूल लेकर जा रही थी कि तभी पुल के नज़दीक से गुजर रही एक कार ने वैन को टक्कर मार दी और ऐसे में कई बच्चों को जो है वो चोट आई है, गंभीर रूप से घायल हो गए हैं। आप भी डालिए मौके की इन तस्वीरों पर एक नज़र। ਬੱਚਿਆਂ ਨੂੰ ਬਿਠਾ ਕੇ ਵੈਨ ਹਲੇ ਚੱਲੀ ਗਈ ਸੀ, ਚੱਲ ਕੇ ਉਹ ਯੂ-ਟਰਨ ਕਰ ਰਹੀ ਸੀ, ਗੱਡੀ ਫੁੱਟਪਾਥ ਟੱਪ ਰਹੀ ਸੀ, ਟੱਪ ਕੇ ਉਦੋਂ ਬਾਅਦ ਪਤਾ ਨਹੀਂ ਕਿਹੜੀ ਗੱਡੀ ਆਈ, ਪਤਾ ਨਹੀਂ ਬ੍ਰਿਜਾਂ ਸੀ, ਪਤਾ ਨਹੀਂ ਕਿਹੜੀ ਸੀ, ਉਹਦੀ ਸਪੀਡ ਜ਼ਿਆਦਾ ਸੀ, ਉਹਦੇ ਲੈ ਕੇ ਗੱਡੀ ਮਾਰੀ ਹੈ, ਗੱਡੀ ਇੱਧਰ ਜਾਂਦੀ ਜਾਂਦੀ ਹੈ, ਇੱਧਰ ਮੂੰਹ ਘੁਬਾ ਕੇ ਸਕੂਲ ਵੈਨ ਫੇਰ ਪਲਟਾ। ਤੇਰੇ ਬੱਚੇ ਵੀ ਹੈਗੇ? ਮੇਰੇ 3 ਬੱਚੇ ਨੇ, 2 ਬੇਟੀਆਂ ਨੇ 1 ਬੇਟਾ। ਕਿੰਨੇ ਨੇ ਬੱਚੇ ਤੇਰੇ? ਬੱਚੇ ਵੱਡੀ ਬੇਟੀ ਦੇ 60 ਹੈ, ਛੋਟੇ ਬੇਟੇ ਦੇ। ਟੋਟਲ ਬੱਚੇ ਕਿੰਨੇ ਸੀ ਵੈਨ 'ਚ? ਉਹ ਦੇਖਣੇ ਪੈਣਗੇ ਜੀ ਉਹਨਾਂ ਦੀ। ਤੁਹਾਡੇ ਬੱਚੇ ਦਾ ਨਾਮ ਕੀ ਹੈ? ਤੁਹਾਡੇ ਬੱਚਿਆਂ ਦਾ ਨਾਮ ਕੀ ਹੈ? ਇੱਕ ਦਾ ਹੈਗਾ ਨਵਜੋਤ ਕੌਰੀ ਵੱਡੀ ਦਾ, ਕਿਹੜੀ ਕਲਾਸ 'ਚ? 9ਵੀਂ ਕਲਾਸ 'ਚ। ਇੱਕ ਅਮਨਦੀਪ ਕੌਰ। ਜਿਹੜੀ ਗੱਡੀ ਸੀ ਰਫਤਾਰ 'ਚ ਸੀ? ਉਹ ਰਫਤਾਰ 'ਚ ਸੀ ਜਿਹੜੀ ਆ ਰਹੀ ਸੀ, ਆਪਣੀ ਸਕੂਲ ਵੈਨ ਸੀ ਜਿਹੜਾ ਬਿਲਕੁਲ ਸਲੋ ਸੀਗੀ, ਇਹ ਫੁੱਟਪਾਥ ਪਾਸ ਕਰ ਗਈ ਸੀ। ਹਾਂ, ਇਹ ਜਾਖਲ ਰੋਡ 'ਤੇ ਹੋਇਆ ਜੀ ਬਰੇਟੇ। ਜਾਖਲ ਰੋਡ 'ਤੇ। ਅਮਨਦੀਪ ਕੌਰ ਦੀ ਉਮਰ ਕਿੰਨੀ? 7ਵੀਂ ਸਕੂਲ ਦੀ, 7ਵੀਂ ਕਲਾਸ ਹੈ ਜੀ। ਤੁਹਾਨੂੰ ਕਦੋਂ ਪਤਾ ਲੱਗਿਆ ਜੀ? ਸਾਨੂੰ ਉਹਦੀ ਤੁਰੰਤ ਪਤਾ ਲੱਗ ਗਈ ਜੀ, ਮਾਤਾ ਜੀ। ਇੱਕ ਮਨਵੀਰ ਸਿੰਘ ਹੈ ਜੀ, ਤੀਜਾ ਬੱਚਾ, ਉਹ 5ਵੀਂ ਕਲਾਸ 'ਚ ਹੈ।